दसते हैं थोनू गलती हुई है। इन्ने वेले आ ना लोकी ओदा जिन्ने इत्थे आए ना स्वाद लैण आए आ, एक मिनट नहीं होया लाइव किते नू 17-18 जने आ गए देखण, इन्ने वेले सीगे टाइम दे उत्ते फोन दे उत्ते बैठे सी मतलब देखण नू। सत्तर के हो गए बीबी दे, थैंक यू। आजे आजे आजे, तेरी चढ़ाई बहुत आ। जिन्हें बकवास करनी करी जाओ, मैनू कोई फर्क नहीं पैंदा किसी दे बोलन नाल, सही है। अपना मूंह गंदा करदे पए आ तुसी लोग, अपना क्यों खून साड़दे पए आ है, मैं तुहानू कुछ कहनी आ दसो। तुसी ऐवें मैनू लगदा रोटी पानी कहे ने नहीं खादा होना, 3-4 दिन हो गया इत्थे साड़ घोली जाने आ, दिल च गाला कढ़ी जाने आ, उन्हू कढ़ी जाने आ, फोन ला ला दस दिन लोगों नू इदा हो गया उदा हो गया, क्यों तुहाडा ढिड च नहीं आ लगा किसी नू पुछे। ते जिहड़ी आ गल करदे पए ना टिलो वाली, सही है, इहदा तां मैं मूंह रंग इदां दा भन्नूगी ना सवार के, मैनू रूड़ी दसदा आप दी देखी इहने। हाँ सारे नू कहिंदा फिरदा सीगा कि हाँ मेरी तां उहनां लड़ाई हो गई आ, मेरा केस चलदा, मैं तां रखणी नहीं। उदों तां उहनू इन्ना जलील कीता सीगा इह, हाँ यारां दोस्तां नू घरे सवांदा, इह हुक्के पींदा, जे अज उहदे पुराने पी लिया तां इहनू की अग लग गई दस्से भला, है ਇਹ ਜ਼ਿਆਦਾ ਅਸੂਲਾਂ ਦਾ ਪੱਕਾ ਆ ਨਾ, ਇਹੀ ਕਹਿੰਦਾ ਸੀ ਨਾ ਹਾਂ ਜਿਹੜਾ ਇੱਕ ਵਾਰੀ ਦਿਲ ਤੋਂ ਲੈ ਜੇ ਮੁੜ ਕੇ ਲਾਈਦਾ ਨਹੀਂ, ਉਹਨੂੰ ਤਾਂ ਨਾਲ 'ਚ ਪਕਾਈ ਫਿਰਦਾ ਤੂੰ। ਆਹ ਤੇਰੀ ਥੋੜ੍ਹੇ ਦਿਨ ਪਹਿਲਾਂ ਦੀ ਵੀਡੀਓ ਆ ਜਿਹੜੀ ਤੂੰ ਉਹਨਾਂ ਪਾਈ ਆ ਚਿੰਬੜ ਕੇ, ਹਲੇ ਵੀ ਪਿਆਰ ਕਰਦੀ ਆ ਮੈਨੂੰ, ਹੈਂ ਤੂੰ ਹੀ ਬੋਲਣ ਡਿਆ ਆ, ਉਹ ਪਹਿਲਾਂ ਦੀ ਤਾਂ ਨਹੀਂ ਹੈਗੀ ਹੁਣ ਦੀ ਆ। ਉਹ ਜਿਹਨੇ ਜੋ ਕਹਿਣਾ ਕਹੀ ਜਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ, ਸਹੀ ਆ। ਜਿਹਨੇ ਜੋ ਬਕਵਾਸ ਕਰਨੀ ਕਰੀ ਜਾਓ। ਪਹਿਲੀ ਗੱਲ ਤਾਂ ਮੈਂ ਕੋਈ ਕਿਸੇ ਭਰਾਵਾਂ 'ਚ ਪੁਆੜ ਨਹੀਂ ਪਾਇਆ, ਸਹੀ ਆ। ਮੈਨਸ਼ਨ ਮੈਨੂੰ ਪਹਿਲਾਂ ਦਾ ਕੀਤਾ ਸੀਗਾ ਮਹਾਂਵੀਰ ਨੇ, ਸਹੀ ਆ, ਸਾਰਿਆਂ ਨੂੰ ਪਤਾ ਆ, ਔਰ ਫੋਲੋ ਵੀ ਉਹਨੇ ਪਹਿਲਾਂ ਦਾ ਕੀਤਾ ਸੀਗਾ। ਇਹ ਜਿੱਦਣ ਮਹਾਂਵੀਰ ਨੇ ਮੇਰੀ ਪੋਸਟ ਪਾਈ ਸੀਗੀ, ਸਹੀ ਆ, ਉੱਦਣ ਇਹਦੇ ਭਰਾ ਨੇ ਇਹਨੂੰ ਬਲੌਕ ਕੀਤਾ, ਢਿੱਲੋਂ ਨੇ ਖੁਦ ਬਲੌਕ ਕੀਤਾ, ਇਹ ਫੋਲੋਇੰਗ 'ਚੋਂ ਤਾਂ ਉੱਡਿਆ, ਸਹੀ ਆ। ਲੋਕਾਂ ਨੇ ਗੱਲ ਬਣਾਤੀ ਤੇਰੇ ਕਰਕੇ ਇਹਨੇ ਇਹ ਕੀਤਾ ਉਹ ਕੀਤਾ, ਸਹੀ ਆ, ਮੇਰੇ ਕਰਕੇ ਕੁਛ ਨਹੀਂ ਹੋਇਆ। ਬਾਕੀ ਇਹਨੂੰ ਮੇਰੇ 'ਚ ਜ਼ਿਆਦਾ ਲੜਦੀ ਨਾ ਲੜੀ ਜਾਣ 'ਤੇ। ਆਪਣਾ ਇਹਨੇ ਮੂੰਹ ਕਦੀ ਦੇਖਿਆ ਚਪੜਾਸੀ ਨੇ ਮੇਰੇ ਸਾਹਮਣੇ ਤਾਂ ਆਵੇ, ਇਹਦੇ ਯਾਰ ਕਿਤੇ ਮਾਰ ਮਾਰ ਚਪੇੜਾ ਨਾ ਮੂੰਹ ਦੇ ਉੱਤੇ, ਇਹਦਾ ਮੂੰਹ ਸ਼ਗਲ ਇੱਕੋ ਜਿਹੀ ਕਰ ਦੇਵਾਂ ਇਹਦੀ ਬਾਂਦਰ ਦੀ। ਤੁਸੀਂ ਲੋਕ ਪਤਾ ਨਹੀਂ ਇਹ ਤੋਂ ਕੀ ਲੈਂਦੇ ਆ, ਇਹ ਆ ਜੋ ਆ ਢਿੱਲੋ ਐ ਢਿੱਲੋ, ਮੈਨੂੰ ਤਾਂ ਕੁਛ ਲੱਗਾ ਨਹੀਂ ਇਹ 'ਚ ਖਾਸ, ਕੀ ਆ ਇਹ ਬਾਂਦਰ ਮੂੰਹ ਵਾਲਾ ਟੱਕਰੇ ਤਾਂ ਸਹੀ, ਇਹਨੂੰ ਪੁੱਛੋ, ਇਹਨੂੰ ਇਹਨੂੰ ਰੰਡੇ ਨੂੰ, ਇਹਨੂੰ ਦੱਲੇ ਨੂੰ ਪੁੱਛੋ, ਜਿਹੜੀ ਤੇਰੀ ਗੱਡੀ 'ਤੇ ਜਿਹੜੇ ਸਪੋਲੀਏ ਬਣਾ ਗਏ ਸੀ ਨਾ ਗੁੱਚੀ ਵਾਲੇ ਸੱਪ ਇੰਡਾਈਵਰ 'ਤੇ 10 ਦਿਨ ਪਹਿਲਾਂ, ਸਹੀ ਆ, ਉਹ ਤੇਰੀ ਉੱਥੋਂ ਜੋ ਚੰਡੀਗੜ੍ਹੋਂ ਗੱਡੀ ਮੈਂ ਹੀ ਛੱਡ ਕੇ ਆਈ ਸੀ ਅੰਮ੍ਰਿਤਸਰ, ਸਹੀ ਆ, ਤੂੰ ਜ਼ਿਆਦਾ ਬਣਿਆ ਫਿਰਦਾ ਹੈ ਨਾ, ਉਹ ਤਾਂ ਤੇ ਤੂੰ ਸਟੋਰੀ ਪਾਈ ਨਹੀਂ ਸੀ, ਕਿਉਂ ਉਹ ਤਾਂ ਉਹ ਤੂੰ ਉਹਨਾਂ ਨੂੰ ਤਾਂ ਕੁਛ ਕਹਿ ਨਹੀਂ ਹੋਇਆ, ਜਿਹੜੇ ਤਾਂ ਤੇਰੀ ਉਹ ਗੁੱਚੀ ਵਾਲਾ ਸੱਪ ਬਣਾ ਗਏ ਸੀ ਤੇਰੀ ਗੱਡੀ 'ਤੇ, ਉਹਦਾ ਤਾਂ ਬੋਲ ਨਹੀਂ ਹੋਇਆ ਤੇ ਤੋਂ। ਰਾਤ ਨੂੰ ਗੱਡੀ ਲੁਕੋ ਕੇ ਲੈ ਕੇ ਆਇਆ ਸੀ, ਦਿਨੇ ਗੱਡੀ ਨਾ ਲੈ ਕੇ ਜਾਇਓ, ਰਾਤ ਨੂੰ ਲੈ ਕੇ ਜਾਇਓ, ਲੋਕ ਦੇਖਣਗੇ ਵੀਡੀਓ ਬਣਾਉਣਗੇ, ਉਹ ਤੇਰੀ ਗੱਡੀ ਮੈਂ ਹੀ ਛੱਡ ਕੇ ਆਈ ਸੀ, ਕੁੱਤਿਆ ਬਕਵਾਸ ਕਰਦਾ ਭੌਂਕਦਾ। ਜਨਾਨੀ ਇਹਦੀ ਨੇ ਕੇਸ ਲਾਇਆ, 80 ਲੱਖ ਰੁਪਈਆ ਮੰਗਦੀ ਆ, ਹੁਣ ਇਹਨੂੰ ਦੇਣ 80 ਲੱਖ ਦੇਣ ਦੀ ਕਾਤ ਤਾਂ ਹੈ ਨੀ ਕੁੱਤੇ ਦੇ ਮੂੰਹ ਵਾਲੇ ਤੋਂ ਨਾ, ਚਪੜਾਸੀ ਕੋਲੋਂ, ਪਿੱਟ ਬੁੱਲ ਕੋਲੋਂ, ਹਨਾ, ਤੇ ਹੁਣ ਉਹਨੂੰ ਜਫੀਆਂ ਪਾਉਂਦਾ ਫਿਰਦਾ ਲੱਲੇ ਪੋਚੇ। ਤੇਰੀਆਂ ਸਾਰੀਆਂ ਕਰਤੂਤਾਂ ਮੈਂ ਜਾਣਦੀ ਚੰਗੀ ਤਰ੍ਹਾਂ, ਤੇਰਾ ਭਰਾ ਹੀ ਦੱਸਦਾ ਸਹੀ ਆ, ਜਿਹੜੀਆਂ ਤੂੰ ਰੰਗ ਬਿਰੰਗੀਆਂ ਘਰੇ ਲੈ ਕੇ ਆਉਣਾ ਹਨਾ, ਪੈਂਟਾਂ ਪਾ ਬੜੀ ਫੋਟੋ ਸ਼ੂਟ ਕਰਾਉਂਦਾ ਦਾਦੀ ਨੂੰ ਬਿਠਾ ਬਿਠਾ ਮੰਜੇ ਤੇ, ਸਾਰੀਆਂ ਫੋਟੋਆਂ ਤੇਰੀਆਂ ਦੇ ਤੋਂ ਪਈਆਂ ਆ, ਸਹੀ ਆ। ਆਪਣੀਆਂ ਤਾਂ ਸਾਂਭੀਆਂ ਨੀ ਜਾਂਦੀਆਂ, 5-5, 6-6 ਲਈ ਫਿਰਦਾ ਤੂੰ। ਜਾ ਕੇ ਨਾ ਆਪਣੀਆਂ ਸਾਂਭ, ਸਹੀ ਆ, ਜੇ ਉਹਨੇ ਗੱਲ ਕਰ ਲਈ ਤਾਂ ਤੈਨੂੰ ਕੀੜੇ ਪੈ ਗਏ ਆ, ਜਿਹੜਾ ਤੂੰ ਬਣਿਆ ਫਿਰਦਾ ਆ ਆਪਣੇ ਆਪ 'ਚ, ਹੈਗਾ ਕੀ ਆ ਚਮਗਾਦੜ ਜਿਹਾ। ਤੇ ਜਿਹੜੇ ਆ ਨਾਲ ਤੂੰ ਬਿਠਾਏ ਨਾ ਪਿੱਛੇ, ਜਿਹੜੇ ਆਪਣੇ ਬਿਠਾ ਕੇ ਰਾਤੀ ਲਾਈਵ ਤੇ ਲੱਗਾ ਸੀਗਾ, ਉਹ ਗਿੱਠ ਮੁੱਠੀਏ ਜੇ ਨਿੱਕੇ ਜੇ ਧਰਤੀ ਚੋਂ ਨਿਕਲੇ ਨੀ,
ਗੱਲਾਂ ਏਡੀਆਂ ਮਾਰਦੇ ਆ ਉਹਨੂੰ ਕੁਝ ਆ ਕੇ ਆਪਣਾ ਵਿਆਹ ਕਰਾ ਜਿਹੜਾ ਤੂੰ ਕਰਾਉਂਦੇ ਆ ਸਹੀ ਆ ਕਿੱਥੇ ਹੋਰ ਹੀ ਨਾ ਕੁਛ ਕਰਾ ਕੇ ਬਹਿ ਜਾਵੀ ਤੇਰੇ ਨਾਲ ਦੇ ਤੇਰਾ ਘਰ ਤੇਰੇ ਭਰਾਵਾਂ ਚ ਲੜਾਈ ਉਹੀ ਪਾਉਂਦੇ ਆ ਸਹੀ ਆ ਮੈਂ ਨੀ ਪਾਉਂਦੀ ਨਾ ਮੈਨੂੰ ਲੋੜ ਆ ਆਇਆ ਵੱਡਾ ਢਿੱਲੋ ਜਿੱਦਾਂ ਦਾ ਉਹਨੇ ਘਰੇ ਰੱਖਿਆ ਵੇ ਕੀ ਨਾਮ ਉਹਦਾ ਯਾਰ ਕੀ ਨਾਮ ਇਹਦੇ ਕੁੱਤੇ ਦਾ ਪੈਂਥਰ ਉਹ ਉਹੀ ਆ ਪੈਂਥਰ ਦੇ ਮੂੰਹ ਵਾਲਾ ਬਾਂਦਰ ਤੇਰਾ ਭਰਾ ਹੀ ਮੈਨੂੰ ਕਰਤੂਤਾਂ ਦੱਸਦਾ ਤੇਰੀਆਂ ਸਾਰੀਆਂ ਸਹੀ ਆ ਸਭ ਪਤਾ ਮੈਨੂੰ ਤੂੰ ਕਿੰਨਾ ਕੁ ਆਪਣੇ ਭਰਾ ਦਾ ਕਰਦਾ ਕਿੰਨਾ ਕੁ ਨਹੀਂ ਕਰਦਾ ਡਾਈਟਾਂ ਬਣਾ ਕੇ ਕਹਿੰਦਾ ਮੈਂ ਖਿਲਾਨਾ ਹੈ ਸਾਰੀ ਦਿਹਾੜੀ ਅੰਡੇ ਪਾਲਣ ਨੂੰ ਤਾਂ ਤੂੰ ਮਹਾਂਵੀਰ ਨੂੰ ਰੱਖਿਆ ਸੀਗਾ ਕਦੇ ਮਹਾਂਵੀਰ ਅੰਡੇ ਪਾਲ ਦੇ ਮਹਾਂਵੀਰ ਬ੍ਰੈਡਾਂ ਨੂੰ ਜੈਮ ਲਾ ਦੇ ਮਹਾਂਵੀਰ ਦੁੱਧ ਬਣਾ ਦੇ ਮਹਾਂਵੀਰ ਸ਼ੇਕ ਬਣਾ ਦੇ ਹੈਂ ਤੂੰ ਕਰੀਆਂ ਡਾਈਟਾਂ ਖਿਲਾਨਾ ਹੀ ਉਹਨੂੰ ਸਭ ਜਾਣਦੀ ਮੈਂ ਨੌਕਰ ਬਣਾ ਕੇ ਰੱਖਿਆ ਤੂੰ ਤੇਰਾ ਭਰਾ ਹੀ ਰੋਣੇ ਰੋਂਦਾ ਸੀ ਮੇਰੇ ਕੋਲ ਆ ਕੇ ਆਇਆ ਵੱਡਾ ਤੂੰ ਗੱਡੀਆਂ ਧੋਣ ਨੂੰ ਤੂੰ ਉਹਨੂੰ ਰੱਖਿਆ ਸੀਗਾ ਇੱਥੇ ਜਾਣਾ ਗੱਡੀ ਧੋਆ ਕੇ ਲੈ ਆਈ ਮਹਾਂਵੀਰ ਇੱਥੇ ਜਾਣਾ ਆ ਕੱਪੜੇ ਚੱਕ ਲਿਆ ਉੱਥੋਂ ਚੱਕ ਲਿਆ ਆਹ ਕਰ ਲਾ ਉਹ ਕਰ ਲਾ ਭਰਾ ਥੋੜ੍ਹੀ ਤੂੰ ਤਾਂ ਨੌਕਰ ਬਣਾਇਆ ਭਰਾ ਤਾਂ ਤੇਰੇ ਜਿਹੜੇ ਉਹ ਪਿੱਛੇ ਦੋ ਕੁੱਤੇ ਦੇ ਮੂੰਹ ਵਾਲੇ ਚਮਗਾਦੜ ਜਿਹੜੇ ਹੁੰਦੇ ਨਾ ਅੱਗ ਲਾ ਕੇ ਕੁੱਤਾ ਢੇਰ ਤੇ ਉਹ ਜਿਹੜੇ ਦੋ ਉਹ ਦੋਨੋਂ ਪਿੱਛੇ ਰਾਤੀ ਲਾਈਵ 'ਚ ਬੈਠੇ ਸੀਗੇ ਜਿਹਨੇ ਜੋ ਬੋਲੀ ਬਕਵਾਸ ਕਰੀ ਜਾਓ ਕੁੱਤੇ ਆ ਤੁਸੀਂ ਵਿਹਲੇ ਹੈਗੇ ਆ ਇੰਨੇ ਜਣੇ ਆਏ ਨਾ ਕਈ ਤਾਂ ਵਿੱਚ ਚਲੋ ਸਹੀ ਹੈ ਜਿਹੜੇ ਆਏ ਆ ਬਾਕੀ ਜਿਹੜੇ ਗਾਲਾਂ ਕੱਢੀ ਜਾਂਦੇ ਬਿਨਾਂ ਗਾਲ ਤੋਂ ਕੱਢੀ ਜਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਦੀ ਗਾਲਾਂ ਨਾਲ ਸਹੀ ਹੈ ਆਪਣਾ ਮੂੰਹ ਗੰਦਾ ਕਰਦੇ ਪਏ ਆ ਮੇਰੀ ਮਾਂ ਨੂੰ ਗਾਲਾਂ ਕੱਢਦੇ ਨਾ ਤੇਰੀ ਮਾਂ ਨੂੰ ਲੱਗਦੀਆਂ ਪਈਆਂ ਸਹੀ ਹੈ ਆਪਣੀ ਮਾਂ ਨੂੰ ਕੱਢ ਲਾ ਇੱਥੇ ਕਿਉਂ ਲਾਈਵ 'ਚ 30 ਰੁਪਏ ਆਪਣੇ ਨੈੱਟ ਪੈਕ ਖਰਾਬ ਕਰਨ ਆਇਆ ਘਰੇ ਤੇਰੀ ਮਾਂ ਬੈਠੀ ਆ ਨਾ ਉਹਨੂੰ ਗਾਲਾਂ ਕੱਢ ਲਾ ਜਾ ਕੇ ਸਹੀ ਹੈ ਇਹਦੇ ਢਿੱਲੋ ਨੇ ਮੇਰੀ ਫੋਟੋ ਪਾਈ ਨਾ ਮਿਰਚ ਬਣਾ ਕੇ ਮਿਰਚ ਤਾਂ ਇਹਦੇ ਲੜੀ ਆ ਸਹੀ ਆ ਵੀ ਅੱਗੇ ਉਹਦੇ ਸਾਰੇ ਕਹਿਣੇ ਮੰਨਦਾ ਸੀਗਾ ਨਾ ਅੱਗੇ ਦੀ ਗੱਡੀਆਂ ਸਾਫ਼ ਕਰਦਾ ਹੀ ਧੋਂਦਾ ਸੀਗਾ ਹੁਣ ਉਹਦੀ ਕੋਈ ਗੱਲ ਨਹੀਂ ਮੰਨਦਾ ਤਾਂ ਕਰਕੇ ਇਹਨੂੰ ਅੱਗ ਲੱਗਦੀ ਆ ਹੁਣ ਕਿ ਨੌਕਰ ਚਾਹੀਦਾ ਹੋਣਾ ਇਹਨੂੰ ਕੋਈ ਤੁਸੀਂ ਤੁਹਾਡੇ 'ਚੋਂ ਇੱਕ ਅੱਧਾ ਜਣਾ ਲੱਗ ਜਾਓ ਉਹਦਾ ਨੌਕਰ ਢਿੱਲੋ ਦਾ ਕੁੱਤੇ ਦੇ ਮੂੰਹ ਵਾਲਾ ਚਪੜਾਸੀ ਇਹਨਾਂ ਤਾਂ ਰਹਿਣਾ ਹੈ ਸਾਰੀ ਜ਼ਿੰਦਗੀ ਇਹਨਾਂ ਤਾਂ ਰਹਿਣਾ ਹੀ ਸਾਰੀ ਜ਼ਿੰਦਗੀ ਛੜੇ ਹੀ ਆ ਘਰ 'ਚ ਕੋਈ ਹੈਗੀ ਜਨਾਨੀ ਦੀਦੀ ਇਹਨਾਂ ਦੇ ਮੈਂ ਫਿਰ ਬਣਾਉਂਗੀ ਸਹੀ ਆ ਇੰਡੈਵਰ ਤਾਂ ਨਹੀਂ ਤੂੰ ਚਲਾਈ 15 ਦਿਨ ਹੋ ਗਏ ਕਿਉਂਕਿ ਉੱਥੇ ਕੋਈ ਜਣਾ ਪੇਚਕਸ ਦੇ ਨਾਲ ਨਾ ਚੰਗੀ ਤਰ੍ਹਾਂ ਸੱਪ ਬਣਾ ਕੇ ਗਿਆ ਸੀ ਇਹਦੀ ਗੱਡੀ 'ਤੇ ਇਹ ਤੋਂ ਉਹ ਉਦੋਂ ਤਾਂ ਕੁਛ ਹੋਇਆ ਨਹੀਂ ਆਈਏ ਹੁਣ ਇਹਨੇ ਕੀ ਕਰ ਲੈਣਾ ਆ ਨਾ ਕਰੋ ਫੋਲੋ ਮੈਨੂੰ ਮੈਂ ਤੁਹਾਨੂੰ ਕਹਿੰਦੀ ਹਾਂ ਫੋਲੋ ਕਰੋ ਮੈਨੂੰ ਜਾਓ ਆਪਣਾ ਜਾ ਕੇ ਨੈੱਟਵਰਕ ਸਾਂਭੋ ਇੱਥੇ 51,000 ਜਾਣੀ ਕੀ ਕਰਨਾ ਹੈ ਇੱਥੇ ਤੁਸੀਂ ਅੰਬ ਲੈਣ ਆਏ ਆ ਜਾਓ ਆਪਣਾ ਕੰਮ ਕਰੋ ਜੇ ਮੇਨ ਸ਼ਕਲ ਨਹੀਂ ਦੇਖਣੀ ਹੈ ਤੁਸੀਂ ਇੱਥੇ ਅੰਬ ਲੈਣੇ ਫਿਰ ਜਾਓ ਫਿਰ ਆਪਣਾ ਇੱਥੇ ਕੀ ਕਰਦੇ ਆ ਮੈਂ ਅਸੀਂ ਮਾਰ ਮਾਰ ਕੇ ਨਾਲੇ ਆਪਣਾ ਖੂਨ ਸਾੜੀ ਜਾਂਦੇ ਤੁਸੀਂ ਜਾਓ ਕੰਮ ਕਰੋ ਜਾ ਕੇ ਆਪਦਾ ਬਸ ਕਰ ਓ ਯਾਰ ਜਾਓ ਜਾਓ ਨਿਕਲੋ ਇੱਥੇ ਹਾਂ ਆਪਣੇ ਉਹ ਢਿੱਲੋ ਨੂੰ ਕਹਿ ਦਿਓ ਜਾ ਕੇ ਸਹੀ ਆ ਹਾਂ ਆਪਣਾ ਮੂੰਹ ਜਾ ਕੇ ਸੰਭਾਲੇ ਮਾਰ ਮਾਰ ਚਪੇੜਾ ਨਾ ਤੇ ਮੂੰਹ ਇੱਕੋ ਜਿਹਾ ਕਰ ਦੂੰਗੀ ਜੇ ਮੈਨੂੰ ਦੁਬਾਰਾ ਬਕਵਾਸ ਕੀਤੀ ਹੋਰ ਹੀ ਆਉਣਗੀਆਂ ਸੁਣ ਕੇ ਚਲ ਗਈਆਂ
आया बड़ा मैं पुलिस च लगा चिट्ठियां बंडदा फिरदा तू कि डीसी लगा है साला तेल पवा ली तो गड्डी च पैसे नहीं हुंदे है मंग मंग तुही खाने है आया बड़ा बनिया फिरदा फॉलोअर वाले सिर ते उड्डिया फिरदा मैं लगता जिन्हें कोई मिली है ना यही लोग इन्हों खाण पीन पैसे देंदे होने कि ये तो कोई काम कार करते ही नहीं है ये जनानी कहती सी स्मैक बेचते आ चिट्टा बेचते आ घर बह बह हुके पीते आ मैं देखा आ पीता है ये मैं सारा पता ए टू जेड इन्होंने घर का जाके ना अपना अपने मूँह शकल तो इन्ने पैसे लाना ढिलो अपने घर की रसोई जाके सवार ला सही है मैं देखी है थोड़े दिन पहले ही और ये हालत बिगड़ी पई है गैस गूस लवा ला वे जाके आप तो तुरै ना नहीं करे घर का भी जाड़ बनाया पाया ना उत्थे घर च कोई बसदा नहीं हुंदा चिड़िया कां रेंदे हुंदे ना वो उदा का तेरा घर बनिया पिया है आप तो अपने मूँह इदा थोपड़ लैंना आ चंगे चंगे कपड़े पा लैंना आ जाके अपनी वह भी कर ला जाके रसोई भी करा ला माड़ी मोटी सही और पैप निकले फिर दे गैस तेरे घर है नहीं है पहले अपने घर के बाहर जाके रूड़ी पवाओ जड़ी बनाई है उत्थे बलजीत जेड़े बनिया फिर ना आई ट्वेंटी च बह के पाता पे वीडियो है ना उन्हें एक बार कुत्ते दे पोत नू पुछे मेरी दित्ती है सही हो बनिया फिर ना मंगवी गड्डिया दे विच स्टोरियां पाता बलजीत उन्हें कहा मेरे सामने तो आई तेरे घर दे ने तेन घरों कढ़ दिता बेदखल किया तेरे घर दे ने तेन घरों तू आप सड़क तुरिया फिर लोगों के घरे जा सोना आ कचहरिया जे तू कोटा जे तू धक्के खाना फिर दूजे के दिन तेन कौन पुछदा साड़ी आपसी गल तू बिच अंब लैना आ आके अपने तू फेम भालदा आ ला ला स्टोरियां पाना एक चपेट की मार नहीं है तू साले वो केले खाण के पैसे नहीं हुंदे सीगे जानती मैनू भी बलजीत नू भी चंगी तरह सही है जाओ ना मर्द ता ढिलो प्रीता ओदी घर वाली इन्हें सारिया पोला खोलती जाके यार इंटरव्यू सुनो ओदी इंटरव्यू सुनो जाके सही है जाओ इंटरव्यू सुनो जाके ओदी इत्थे क्यों मत्था मारी जांदे मैनूं ऐ जो हुण रानू नूं चिंबड़िया फिरदा आ हुण पता ना पैसे देने पैने आ तां करके चिंबड़िया फिरदा ढिलोड़ी रखी फिरदा ना बहर वाली एयरपोर्ट ते छड के आया जिहनूं उन्हें क्या ओदिया ही पाऊ फोटो तू खलो जरी बनिया फिर ना तू जरा चार चार पांच पांच रखी फिर कद इधर रात नू लिया घरे बाड़ लिंदा चंडीगढ़ आंदा सीधा घरे साडे घरे खड़िया है सही है सानू लोड नहीं आई ट्वेंटी की इदा कुत्ते दान की मैं जिच घूमता फिरदा स्टोरिया पाता है जेडे फोन च स्टोरिया पाता वह भी मेरा जिता आ बिल पे मेरे तो सही है आया इत बड़ा वो बोली जाओ कुत्ते बकवास करना आए तो ही इतने बकवास करना है और कुछ नहीं करना है बस भूकी जाओ गंद घोलन आ गए इतने जिन्हें बैठे ना सारे बेले आ ए टू जेड बेले बंदे जो बेकार बंदे है ना वो इतने आए है सही है हसी जाओ ताम ही है
ਜੇ ਮੈਂ ਵੇਲੀ ਆ ਤੇ ਤੂੰ ਇੱਥੇ ਅੰਬ ਲੈਣ ਆਇਆ, ਤੂੰ ਕੀ ਕਰਦਾ ਇੱਥੇ? ਜਾ ਫਿਰ ਨਿਕਲ ਬਾਹਰ ਇੱਥੋਂ। ਤੁਸੀਂ ਜਾਂਦੇ ਕਿਉਂ ਨਹੀਂ ਹੈ ਜੇ ਮੇਰੀਆਂ ਗੱਲਾਂ ਇੰਨੀਆਂ ਫਾਲਤੂ ਲੱਗਦੀਆਂ? ਦਫਾ ਹੋ ਇੱਥੋਂ, ਨਿਕਲੋ, ਮਿੰਟ ਲਾਓ। ਇੰਨੇ ਜਣੇ ਕੀ ਕਰਦੇ ਪਏ ਇੱਥੇ ਬੈਠੇ? ਰਿਸਰਚ ਕਰਨੀ ਸੀ। ਵਿਆਹ ਕਦੋਂ ਕਰਾਉਣਾ? ਉਹ ਵੀ ਕਰਾ ਲਾਂਗੇ, ਕੋਈ ਗੱਲ ਨਹੀਂ। ਤੁਹਾਨੂੰ ਕਰਾ ਕੇ ਦੱਸੂਗੀ ਕਿੱਦਾਂ ਕਰਾਈਦਾ। ਉਹਨੇ ਆਪ ਦਾ ਤਾਂ ਕਰਾਇਆ ਨਹੀਂ, ਨਾ ਆਪ ਦਾ ਬਸਣ ਦਿੱਤਾ ਉਹਨੇ, ਉਹਦਾ ਵੀ ਨਹੀਂ ਬਸਣ ਦੇਣਾ ਮੈਨੂੰ ਲੱਗਦਾ। ਸਾਰਾ ਟੱਬਰ ਹੀ ਛੜਾ ਰਹਿਣਾ ਆ, ਏ ਟੂ ਜੈਡ ਇਹਨਾਂ ਦੇ ਘਰ 'ਚ ਸਾਰੇ ਛੜੇ ਹੀ ਤੁਰੇ ਫਿਰਦੇ ਆ। ਪਾਈ ਆ ਫਿੱਕ, ਮੈਂ ਪਾਈ ਆ, ਮੈਂ ਕਹਿੰਦੀ ਹਾਂ ਮੈਂ ਫਿੱਕ ਪਾਈ ਆ, ਫਿਰ ਕੀ ਕਰ ਲਓਗੇ? ਕਹਿੰਦੇ ਆ ਤਾਂ ਹਾਂ ਕੀਤਾ ਆ ਮੈਂ, ਬਸ ਕੀਤਾ ਆ ਮੈਂ, ਫਿਰ ਕੀ ਕਰਨਾ ਆ? ਮੈਂ ਤਾਂ ਇੱਦੀ ਲੜਾਈ ਪਾ ਕੇ ਰੱਖੂ ਦੋਨਾਂ 'ਚ। ਮੈਨੂੰ ਤਾਂ 1% ਨਹੀਂ ਚੰਗਾ ਲੱਗਦਾ ਬਾਂਦਰ ਵਾਲਾ ਮੂੰਹ ਵਾਲਾ ਜਿਹੜਾ ਮੈਨੂੰ ਰੂੜੀ ਦੱਸਦਾ ਨਾ। ਆਪਣਾ ਮੂੰਹ ਦੇਖ ਉਹਨੂੰ ਜਾ ਕੇ, ਮੁੱਛੜ ਨੂੰ।